ਉਹ ਪੈਂਚਰ ਨਹੀਂ ਹੁੰਦੀ ਹਨ ਨਹੀਂ ਠੀਕ ਹੈ ਇਹ ਕਾਫੀ ਮਹਿੰਗੀ ਹੋਣੀ ਹੈ ਨਹੀਂ ਮਹਿੰਗਾ ਨਹੀਂ ਹੈ ਕਿੰਨੇ ਦਾ ਆ ਜਾਂਦਾ ਹੈ 280 280 ਥੋੜੇ ਹੁੰਦੇ ਮੈਂ ਥੋੜਾ ਨਹੀਂ ਹੈ 280 50 ਡਾਲਰ ਦਾ ਸਾਈਕਲ ਆ ਜਾਂਦਾ ਮਹਿੰਗਾ ਹੀ ਹੋਇਆ ਫਿਰ ਨਹੀਂ ਨਹੀਂ ਵਧੀਆ 200 ਦਾ ਬੱਚਿਆਂ ਦੇ ਅੱਜਕੱਲ 400 ਤੋਂ ਘੱਟ ਨਹੀਂ ਹੁੰਦਾ ਜਿਹੜਾ ਅੱਛਾ ਚੀਪ ਅੱਛਾ ਅੱਛਾ ਗੁੱਡ ਸਾਈਕਲ ਹਾਨੇ ਪਤਲੀ ਟਿਊਬ ਦਾ ਫਾਇਦਾ ਵੀ ਪੈਂਚਰ ਨਹੀਂ ਹੁੰਦੀ ਪਤਲੀ ਦਾ ਪੈਂਚਰ ਨਹੀਂ ਹੁੰਦੀ ਹਾਂ ਵੀ ਥੋੜਾ ਤਾਂ ਘੇੜਦੀ ਹੈ ਆਪਾਂ ਚੱਲਦੇ ਪਏ ਹਾਂ ਜਿਹੜਾ ਤੁਰ ਕੇ ਜਾ ਰਿਹਾ ਪੂਰੇ 300 ਮਾਈਲ ਦਾ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਅੱਜ 30 ਅਕਤੂਬਰ ਦਾ ਦਿਨ ਆ ਅਤੇ ਅਸੀਂ ਇਹਨਾਂ ਦੇ ਨਾਲ ਆ ਕੇ ਮਿਲੇ ਹਾਂ ਆਪਣੇ ਚੈਨਲ ਲਈ ਤਾਂ ਕਿ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਹੋਵੇ ਯੂਟਿਊਬ 'ਤੇ ਧੜਾ ਧੜ ਚੱਲੇ ਸਾਡਾ ਚੈਨਲ ਇਸ ਲਈ ਅਸੀਂ ਅੱਜ ਇਸ ਮੋਰਚੇ ਦਾ ਹਿੱਸਾ ਬਣੇ ਹਾਂ ਅਤੇ ਇਹ ਮੋਰਚਾ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ 1 ਨਵੰਬਰ ਨੂੰ ਇਹਨਾਂ ਨੂੰ ਜਿਹੜੇ ਵਿਚਾਰੀ ਲੋਕ ਘਰੋਂ ਨਿਕਲੇ ਸੀ ਕੰਮ ਕਰਨ ਲਈ ਅਤੇ ਉਹਨਾਂ ਨੂੰ ਫੜ ਫੜ ਕੇ ਉਸ ਵੇਲੇ ਦੇ ਮੌਕੇ 'ਤੇ ਸਰਕਾਰ ਵੱਲੋਂ ਕਹਿ ਲਓ ਜਾਂ ਲੋਕਾਂ ਵੱਲੋਂ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੂੰ ਮਾਰਿਆ ਗਿਆ ਇੱਕ ਖਾਸ ਕੜੇ ਦੀ ਪਛਾਣ ਨਾਲ ਅਤੇ ਹਾਂਜੀ ਭਾਈ ਸਾਹਿਬ ਜੀ ਤੁਸੀਂ ਬੇਕਰ ਸਵੀਟ ਤੋਂ ਜੀ ਨਹੀਂ ਅੱਛਾ ਜੀ ਤੁਹਾਡਾ ਵੀ ਕੋਈ ਰਿਸ਼ਤੇਦਾਰ ਸੀਗਾ ਜਿਹੜਾ ਦਿੱਲੀ ਸ਼ਹੀਦ ਹੋਇਆ ਜੀ ਨਹੀਂ ਠੀਕ ਹੈ ਠੀਕ ਹੈ ਕਹਿਣਾ ਚਾਹੁੰਦੇ ਚਲੋ ਕੋਈ ਗੱਲ ਨਹੀਂ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਕੋਈ ਰਿਸ਼ਤੇਦਾਰ ਸ਼ਹੀਦ ਹੋਇਆ ਦਿੱਲੀ ਜੀ ਰਿਸ਼ਤੇਦਾਰ ਜੀ ਵੈਸੇ ਯਾਰ ਦੋਸਤ ਮੈਂ ਰੇਡੀਓ 'ਤੇ ਸੁਣਿਆ ਸੀ ਅੱਜ ਰੇਡੀਓ 'ਤੇ ਅੱਛਾ ਜੀ ਸਾਡੇ ਪਿੰਡ ਦੇ ਇੱਕ ਟੱਬਰ ਦੇ ਕਾਫੀ ਜੀ ਚਲੇ ਗਏ ਸੀ ਅੱਛਾ ਇੱਕ ਟੱਬਰ ਦੇ ਅਤੇ ਉਹ ਕੀ ਕਰਦੇ ਸੀ ਉੱਥੇ ਇਹ ਨਹੀਂ ਮੈਨੂੰ ਪਤਾ ਮੈਂ ਬਹੁਤ ਅੱਛਾ ਜੀ ਅਤੇ ਹੁਣ ਰੀਸੈਂਟਲੀ ਮੈਂ ਪੰਜਾਬੀ ਰੇਡੀਓ 'ਤੇ ਸੁਣਿਆ ਅੱਛਾ ਪੰਜਾਬੀ ਵੀਡੀਓ ਨੂੰ ਸੁਣ ਕੇ ਤੁਸੀਂ ਇੱਥੇ ਆਏ ਉਹਨਾਂ ਨੇ ਸੁਖਨੇ ਨੇ ਸੁਣਦਾ ਇਸ ਕਰਕੇ ਤਾਂ ਨਹੀਂ ਆਇਆ ਵੈਸੇ ਸਾਡੇ ਪਿੰਡ ਦੇ ਕਾਫੀ ਬੰਦੇ ਅੱਛਾ ਜੀ ਉੱਥੇ ਸਿਗੇ ਅੱਛਾ ਜੀ ਜਿਹੜਾ ਏਰੀਆ ਹੁਣ ਤੁਸੀਂ ਕਹਿੰਦੇ ਨਾ ਵਿਧਵਾ ਕਲੋਨੀ ਆ ਵਿਧਵਾ ਕਲੋਨੀ ਹੈ ਉਸ ਏਰੀਏ 'ਚ ਰਹਿੰਦੇ ਸੀ ਅੱਛਾ ਅੱਛਾ ਜੀ ਉਹਨਾਂ ਦਾ ਬਹੁਤ ਕਰ ਮੁਹਾਲੀ ਨੇੜੇ ਨਾ ਵਿਧਵਾ ਕਲੋਨੀ ਇੱਕ ਮੁਹਾਲੀ ਆ ਉਹਨੇ ਤਾਂ ਦਿੱਲੀ ਦੀ ਇੱਕ ਲਾਹ ਸਾਡੀ ਅੱਛਾ ਦਿੱਲੀ ਦੀ ਹੈ ਠੀਕ ਹੈ ਤੁਹਾਨੂੰ ਜਾਣਦੇ ਉਹਨਾਂ ਨੂੰ ਤੁਹਾਡੀ ਫੈਮਿਲੀ ਫੈਮਿਲੀ ਤਾਂ ਜਾਣਦੀ ਹੋਊਗੀ ਮੈਂ ਨਹੀਂ ਜਾਣਦਾ ਅੱਛਾ ਤੁਸੀਂ ਨਹੀਂ ਜਾਣਦੇ ਫੈਮਿਲੀ ਤੁਹਾਨੂੰ ਜਾਣਦੀ ਹੋ ਠੀਕ ਹਾਂਜੀ ਭਾਈ ਸਾਹਿਬ ਜੀ ਤੁਸੀਂ ਕੁਛ ਦੱਸਣਾ ਚਾਹੋਗੇ ਕੋਈ ਕਿੱਸਾ 1984 ਦਾ ਜਦੋਂ ਤੁਹਾਡੀ ਕੋਈ ਰਿਸ਼ਤੇਦਾਰੀ 'ਚੋਂ ਕੋਈ ਸ਼ਹੀਦ ਹੋਇਆ ਦਿੱਲੀ ਅੱਛਾ ਤੁਸੀਂ ਸਿਰਫ ਮੂਵੀਆਂ 'ਚ ਦੇਖਿਆ ਮਤਲਬ ਕਿ ਤੁਹਾਨੂੰ ਦੁੱਖ ਲੱਗਾ ਜੈਨੋਸਾਈਡ ਹੋਇਆ ਸਿੱਖਾਂ ਨੂੰ ਮਾਰਿਆ ਗਿਆ ਅਤੇ ਠੀਕ ਹੈ ਅਤੇ ਤਾਂ ਤੁਹਾਨੂੰ ਕਿਹੜੀ ਮੂਵੀ ਇੰਸਪਾਇਰ ਕੀਤਾ ਜਾਂਦਾ ਬਾਬੂ ਮਾਨ ਵਾਲੀ ਦਲਜੀਤ ਦੋਸਾਂਝ ਜੀ ਕਿਹੜੀ ਕਦੋਂ ਆਈ ਸੀ ਮੂਵੀ ਉਹ ਮੈਨੂੰ ਬਾਬੂ ਮਾਨ ਜੀ ਦਾ ਪਤਾ ਇੱਕ ਆਈ ਸੀ ਸੰਗਤ ਬਹੁਤ ਪਿੱਛੇ ਰਹਿ ਗਈ ਹੈ ਬਹੁਤ ਪਿੱਛੇ ਰਹਿ ਗਏ ਹਾਂਜੀ ਉਹ ਵੀ ਇੱਕ ਦੇਖੀ ਸੀ ਇੱਕ ਹੋਰ ਵੀ ਇਹਦਾ ਮਤਲਬ ਫਿਲਮਾਂ ਦਾ ਵੀ ਪਰ ਸੱਚ ਬਹੁਤ ਘੱਟ ਲਿਖਾ ਦੀਆਂ ਫਿਲਮਾਂ ਨੂੰ ਘਰਦਿਆਂ ਤੋਂ ਵੀ ਸੁਣਿਆ ਸੀਗਾ ਨਹੀਂ ਵਧੀਆ ਆਪਾਂ ਅੱਜ ਉਹਨਾਂ ਦੀ ਯਾਦ ਵਿੱਚ ਇੱਕ ਪੈਦਲ ਮਾਰਚ ਕੱਢਦੇ ਪਏ ਹਾਂ ਜੀ ਅਤੇ ਪਿਛਲੇ 30 ਦਿਨਾਂ ਤੋਂ ਲਗਾਤਾਰ ਚੱਲਦਾ ਪਿਆ ਹਾਂਜੀ ਭਾਈ ਸਾਹਿਬ ਜੀ ਤੁਸੀਂ ਉਹ ਦੱਸਦੇ ਪਏ ਸੀ ਕਿੱਸਾ ਜਿਹੜਾ ਤੁਸੀਂ ਕਹਿੰਦੇ ਸੀ ਜੀ ਆਪਾਂ ਗਾਹਾਂ ਕਰ ਲਾਂਗੇ ਥੋੜ੍ਹਾ ਹਾਲੇ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਤੁਰ ਹੀ ਜਾਣਾ ਆਪਾਂ ਹੁਣ ਤਾਂ ਚਲੋ ਰੁਕੇ ਪਏ ਸੀ ਮੈਂ ਤਾਂ ਆ ਗਿਆ ਚੱਲਦੇ ਚੱਲਦੇ ਕਰਨਾ ਆਪਾਂ ਕਰ ਲਾਂਗੇ ਅੱਛਾ ਅੱਛਾ ਇੱਥੇ ਇੰਨਾ ਕੁ ਫਰਕ ਹਾਂ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਜਿੰਦਰ ਸਿੰਘ ਚੌਹਾਨ ਬੋਲ ਰਿਹਾ ਜੀ। ਮੈਂ ਬੈਕਰ ਸਟ੍ਰੀਟ ਤੋਂ 9 ਮੀਲ ਤੁਸੀਂ ਤੁਰ ਕੇ ਆ ਰਹੇ ਲਗਾਤਾਰ? ਅਸੀਂ ਉੱਥੋਂ ਤੁਰ ਕੇ ਚੱਲੇ ਹਾਂ ਜੀ। ਤੁਸੀਂ ਲਗਾਤਾਰ 30 ਦਿਨ ਹੋ ਗਏ ਤੁਹਾਨੂੰ? 30 ਨਹੀਂ, ਅਸੀਂ ਹਰ ਰੋਜ਼ ਚੱਲਦੇ ਹਾਂ, 16-17 ਮੀਲ ਚੱਲਦੇ ਹਾਂ। ਠੀਕ ਹੈ ਜੀ। ਤੇ ਉੱਥੋਂ ਜਿਹਨੇ ਬੰਦੇ ਚੱਲੇ ਉਹਨਾਂ 'ਚ ਮੈਂ ਹਾਂ ਜਿਹੜਾ ਇਕੱਲਾ ਵੀ ਮੈਂ ਕੋਈ ਰੈਸਟ ਨਹੀਂ ਲੈਂਦਾ ਨਾ ਮੈਂ ਉਹਦੇ 'ਚ ਨਹੀਂ ਜਾਂਦਾ। ਠੀਕ ਹੈ ਜੀ। ਬੈਂਡ 'ਚ ਨਹੀਂ ਮੈਂ ਜਾਂਦਾ, ਮੈਂ ਤੁਰਦਾ ਹੀ ਤੁਰਦਾ। ਠੀਕ ਠੀਕ ਹੈ। ਨਵੰਬਰ ਵਿਚ ਜਿੰਨੇ ਵੀ ਜੈਨੋਸਾਈਡ ਦਾ ਜਿਹੜੇ ਸ਼ਿਕਾਰ ਹੋਏ, ਹਾਂਜੀ ਹਾਂ, ਜੋ ਦਿੱਲੀ ਦੇ ਵਿੱਚ, ਦਿੱਲੀ ਕਿਸੇ ਵੀ ਸ਼ਹਿਰ, ਕਿਸੇ ਵੀ ਸ਼ਹਿਰ, ਪੂਰੇ ਇੰਡੀਆ 'ਚ ਹੋਏ ਸੀ ਨਾ। ਹਰ ਹਾਂ, ਹਰ ਬੱਚੇ ਨੂੰ ਜੋ ਵੀ ਹੈਗਾ ਇਨਸਾਨ ਉਸ ਉਹਦੇ ਵਿੱਚ ਆਇਆ, ਅਸੀਂ ਉਹਨੂੰ ਸ਼ਰਧਾਂਜਲੀ ਦਿੰਦੇ ਹਾਂ। ਅਤੇ ਇਨਸਾਨ ਮੰਨਦੇ ਆ ਵੀ ਜੋ ਉਹਨਾਂ ਜੋ ਮਾਰੇ ਗਏ ਇੰਨੇ ਬੰਦੇ, ਹਾਂਜੀ ਹਾਂਜੀ, ਵੀ ਉਹਨਾਂ ਨੂੰ ਜਿਹਨਾਂ ਨੇ ਮਾਰਿਆ ਉਹਨਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਜ਼ਰੂਰ ਸਜ਼ਾ ਦੇਣੀ, ਪਰ ਅਸੀਂ ਮੰਨਦੇ ਹਾਂ ਨਹੀਂ ਦਿੱਤੀ ਗਈ ਹਾਲੇ। ਤੁਸੀਂ ਕੋਈ ਤੁਹਾਡੇ ਕੋਈ ਰਿਸ਼ਤੇਦਾਰੀ 'ਚੋਂ ਕੋਈ ਉੱਥੇ ਦਿੱਲੀ 'ਚ ਜੈਨੋਸਾਈਡ ਦਾ ਸ਼ਿਕਾਰ ਹੋਏ? ਨਹੀਂ, ਸਾਡੇ ਉਹ ਸਾਡੇ ਜਾਣਦੇ ਸੀਗੇ ਉਹ। ਅੱਛਾ ਜੀ। ਉਹ ਅਸੀਂ ਉਹਨੂੰ ਮਾਮਾ ਕਹਿੰਦੇ ਹੁੰਦੇ ਸੀਗੇ, ਹਾਂਜੀ, ਦੂਰੋਂ ਸੀ ਜਾਣੇ ਕਿ। ਅੱਛਾ ਜੀ। ਉਹ ਉਹਦੇ ਵਿੱਚ ਆ ਗਿਆ ਸੀ ਜਾਣੇ ਕਿ, ਉਹਦੇ ਘਰ ਨੂੰ ਅੱਗ ਉੱਗ ਲਾ ਦਿੱਤੀ ਸੀ। ਠੀਕ ਹੈ। ਅਤੇ ਉਹ ਪਰ ਉਹ ਆਪ ਕਿਸੇ ਹਿਸਾਬ ਨਾਲ ਭੱਜ ਕੇ ਉਹ ਥਾਣੇ 'ਚ ਆ ਰਹੇ ਕਿਉਂਕਿ ਉਹ ਬਚ ਗਏ। ਅਤੇ ਦੂਜੇ ਅਸੀਂ ਜਿਹੜੇ ਜਿੱਥੇ ਰਹਿੰਦੇ ਸੀ ਬਸੰਦਿਆਰ, ਹਾਂਜੀ, ਉੱਥੇ ਸਾਨੂੰ ਡਰ ਤਾਂ ਲੱਗਿਆ ਰਿਹਾ ਤਿੰਨ ਦਿਨ। ਅਸੀਂ ਕਿਸੇ ਦੇ ਘਰ ਰਹਿੰਦੇ ਰਹੇ ਹਾਂ ਰਾਤ ਨੂੰ। ਅੱਛਾ ਜੀ। ਅਤੇ ਫਿਰ ਅਸੀਂ ਸਕੂਲ ਵਾਸਤੇ ਪੈਂਦਾ ਸੀ ਉੱਥੇ, ਹਾਂਜੀ ਹਾਂਜੀ, ਉੱਥੇ ਸਾਡਾ ਜਿਹੜਾ ਇੱਕ ਫਰੈਂਡ ਰਾਮ ਸੀਗਾ ਪੰਜਾਬ ਤੋਂ, ਰਾਮ ਸੀਗਾ ਉਹ ਵੀ, ਠੀਕ ਹੈ ਜੀ, ਉਹ ਸਾਨੂੰ ਆਪਦੇ ਘਰ ਲੈ ਆਇਆ ਸੀਗਾ। ਠੀਕ ਹੈ ਜੀ। ਫਿਰ ਅਸੀਂ ਉੱਥੇ 6-7 ਦਿਨ ਰਹੇ ਹਾਂ। ਠੀਕ ਹੈ। ਅਤੇ ਉਸ ਤੋਂ ਬਾਅਦ ਅਸੀਂ ਫਿਰ ਪੰਜਾਬ ਆ ਗਏ। ਠੀਕ ਹੈ ਜੀ। ਅਤੇ ਉਦੋਂ ਐਂ ਸੀ ਵੀ ਖਤਰਾ ਬਹੁਤ ਸੀਗਾ ਵੀ ਹਰ ਇੱਕ ਬੰਦੇ ਦੀ ਜਾਨ ਉੱਠੀ ਸੀਗੀ ਜਿਹੜੀ ਸੀ। ਠੀਕ ਹੈ। ਮਤਲਬ ਕਿ ਜੈਨੋਸਾਈਡ ਤੋਂ ਬਾਅਦ ਵੀ 2-4 ਸਾਲ ਲੋਕਾਂ ਨੂੰ ਡਰ ਰਿਹਾ? ਹਾਂ, ਉਹ ਨਹੀਂ, ਉਹ ਤਾਂ ਫਿਰ ਤਾਂ ਚੱਲ ਪਿਆ, ਮਗਰ ਜਿਵੇਂ 5-7 ਮਹੀਨਾ 'ਚ ਫਿਰ ਕੌਮੀ ਹੋ ਗਿਆ, ਫਿਰ ਉਵੇਂ ਹੋ ਗਿਆ। ਪਰ ਉਹ ਉਦੋਂ ਜਿਹੜੇ 5-7 ਦਿਨ ਬਹੁਤ ਔਖੇ ਸੀ, ਹਾਂ, ਉਹਦੇ ਵਿੱਚ ਮੁਸ਼ਕਿਲ ਵਾਲੇ ਸੀਗੇ। ਠੀਕ ਹੈ। ਜੋ ਵੱਸ ਗਏ ਬਚ ਗਏ, ਜਿਹੜੇ ਧੱਕੇ ਚੜ ਗਏ। ਠੀਕ ਹੈ। ਹੁਣ ਤਾਂ ਫਿਰ ਅਸੀਂ ਜੇ ਬਚ ਗਏ ਅਸੀਂ ਇਹੀ ਕਰ ਸਕਦੇ ਹਾਂ ਵੀ ਉਹਨਾਂ ਲਈ ਤੁਰ ਤਾਂ ਸਕਦੇ ਹਾਂ। ਹਾਂਜੀ ਹਾਂਜੀ, ਬਿਲਕੁਲ, ਇਨਸਾਫ ਵੀ ਮੰਗ ਸਕਦੇ ਹਾਂ। ਮੈਂ ਕਹਿੰਦਾ ਸਾਰੇ ਪੂਰੇ ਵਰਲਡ ਲੈਵਲ 'ਤੇ ਲੋਕਾਂ ਨੂੰ ਤੁਰਨਾ ਚਾਹੀਦਾ, ਹੈ ਨਾ, ਉਹਨਾਂ ਦੀ ਯਾਦ ਲਈ। ਤਾਂ ਕੋਈ ਉਹ ਨਹੀਂ, ਗੁਨਾਹ ਨਹੀਂ। ਹਾਂਜੀ, ਪਰ ਅਸੀਂ ਆਪਦੇ ਨੂੰ ਵਰਲਡ ਹੋਆ ਨਹੀਂ, ਇੱਥੇ ਬਹੁਤ ਨੈਰੋ ਆ, ਠੀਕ ਆ, ਇੱਥੇ ਕਿਤੇ ਬੰਦੇ ਯਾਦ ਤਾਂ ਕਰ ਹੀ ਸਕਦੇ ਹਾਂ। ਹਾਂਜੀ ਹਾਂਜੀ, ਠੀਕ ਹੈ ਜੀ। ਅਸੀਂ ਹਰ ਕਦਮ ਉਹਨਾਂ ਲਈ ਤੁਰਦੇ ਹਾਂ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਨਹੀਂ, ਬਿਲਕੁਲ ਜੀ, ਬਿਲਕੁਲ, ਆਪਣੇ ਉਹਨਾਂ ਨੂੰ ਸ਼ਾਂਤੀ ਦੇਵੇ, ਇਨਸਾਫ ਵੀ ਮਿਲਣਾ ਚਾਹੀਦਾ। ਇਨਸਾਫ, ਹਾਂਜੀ, ਇਨਸਾਫ, ਇਨਸਾਫ ਤਾਂ ਜ਼ਰੂਰ ਹਰ ਇੱਕ, ਕਿਉਂਕਿ ਜੀਓ ਅਤੇ ਜੀਣ ਦਿਓ ਦਾ ਇਹ ਧਰਤੀ ਦੇ ਉੱਤੇ ਇੱਕ ਲਾ ਆ ਨਾ ਜੀ, ਜੀਓ ਅਤੇ ਜੀਣ ਦਿਓ, ਵੀ ਹਰ ਇੱਕ ਪ੍ਰਾਣੀ ਨੂੰ ਜੀਣ ਦਾ ਹੱਕ ਹੈ ਇਸ ਧਰਤੀ 'ਤੇ, ਵੀ ਮੁੜ ਕੇ ਜੈਨੋਸਾਈਡ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਰੀਜ਼ਨ ਤੋਂ ਆਪਾਂ ਜੇ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ। ਹਾਂਜੀ ਹਾਂਜੀ। ਸਾਡੀ ਬਸ ਇਹੀ ਇੱਛਾ ਵੀ ਅਸੀਂ ਚੱਲ ਰਹੇ ਹਾਂ, ਹਾਂਜੀ, 1 ਤਰੀਕ ਨੂੰ ਅਸੀਂ ਉੱਥੇ ਪਹੁੰਚ ਜਾਣਾ।
ਵਾਹਿਗੁਰੂ ਜੀ ਵਾਹਿਗੁਰੂ। ਠੀਕ ਆ ਗਿਆ ਹੁਣ ਤੁਸੀਂ ਕਿੰਨੇ ਕੁ ਪੁੱਲ ਲੰਘੇ ਇੱਦਾਂ ਦੇ ਇੱਦਾਂ ਦੇ ਕਿੰਨੇ ਪੁੱਲ ਲੰਘੇ? ਅਸੀਂ ਕਈ ਪੁੱਲ ਆਏ ਆ ਜਿਹੜੇ ਬਹੁਤ ਨੂਰ ਟੈਕਸ ਸੀਗੇ। ਅੱਛਾ ਜੀ ਬਹੁਤ ਤੇਜ਼ ਆਉਂਦੀਆਂ ਕਾਰਾਂ। ਅੱਛਾ ਜੀ ਅਤੇ ਵੀ ਸਭ ਤੋਂ ਪਹਿਲਾਂ ਸੇਫਟੀ ਆ। ਨਹੀਂ ਸੇਫਟੀ ਪਹਿਲੇ ਨੰਬਰ ਤੁਹਾਨੂੰ ਲੋਕ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਕੱਚੇ ਚੱਲਦੇ ਨਹੀਂ। ਸਹੀ ਆ ਬਿਲਕੁਲ ਬਿਲਕੁਲ ਸੜਕ ਤੋਂ ਤੁਸੀਂ ਥੱਲੇ ਰਹਿਣਾ ਥੱਲੇ ਰਹਿਣਾ। ਹਾਂਜੀ ਹਾਂਜੀ ਕੱਚੇ ਚੱਲਦਾ ਭੇੜੀਆ ਭੂੜੀਆ ਕੋਈ ਨਹੀਂ ਨਹੀਂ ਹੈਗੇ ਰਿੱਛ ਕੋਈ ਨਾ ਨਾ ਹੀ ਰਿੱਛਾ ਕੋਈ ਏਡਾ ਵੱਡੇ ਜੰਗਲ 'ਚ ਨਹੀਂ ਗਏ ਪਰ ਆਪਣੇ ਬਾਘ ਬਹੁਤ ਆ। ਅੱਛਾ ਬਾਘ ਦੇਖਣ ਨੂੰ ਬਾਹਰੋਂ ਐਂ ਲੱਗਦਾ ਵੀ ਕੁਛ ਨਹੀਂ ਅਤੇ ਵਿੱਚ ਪਤਾ ਲੱਗਦਾ ਵੀ ਕੈਲੀਫੋਰਨੀਆ ਦੇ ਵਿੱਚ ਵੀ ਫਲ ਇੰਨਾ ਫਲ ਤਾਂ ਬਹੁਤ ਅਤੇ ਪਤਾ ਹੀ ਨਹੀਂ ਲੱਗਦਾ ਵੀ ਕਿੱਡੇ ਵੱਡੇ ਵੱਡੇ ਆ। ਠੀਕ ਠੀਕ ਪਿਸਤਾ ਕੀ ਬਦਾਮ ਤਾਂ ਆਂਬੂ ਹੀ ਆਵਾ। ਅੱਛਾ ਜੀ ਅਤੇ ਇੱਕ ਕਹਾਵਤ ਆ ਵੀ ਗਧੇ ਨਹੀਂ ਖਾਂਦੇ ਬਦਾਮ ਤਾਂ ਇੰਨੇ ਪਏ। ਅੱਛਾ ਅਤੇ ਆਪਣੇ ਤੁਸੀਂ ਤੁਸੀਂ ਖਾਧੇ ਕਿ ਨਹੀਂ? ਹਾਂ ਬਦਾਮ ਅਸੀਂ ਖਾਧਾ ਸੀ ਅਖਰੋਟ ਦਾ ਦਰਖਤ ਲੱਗੇ ਹੋਣੇ ਹਨਾ। ਹਾਂਜੀ ਹਾਂ ਅਖਰੋਟਾਂ ਦੇ ਵਧੀਆ ਵਧੀਆ ਤੇ ਪ੍ਰਮਾਤਮਾ ਨੇ ਦੇਖੋ ਹਰ ਥਾਂ ਲਾਇਆ ਹੋਇਆ ਸਾਰਾ ਕੁਝ। ਇੱਕ ਵਾਰ ਕੀਵੀ ਦਾ ਵੀ ਮਿਲਿਆ ਸਾਨੂੰ। ਅੱਛਾ ਕੀਵੀ ਹਾਂ ਕੀਵੀ ਆਪਾਂ ਫ੍ਰਿਜ ਨੂੰ ਲਾ ਕੇ ਬੜੀ ਹੁੰਦੀ। ਹਾਂ ਵੀ ਪਹਿਲਾਂ ਅਸੀਂ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਕੀਵੀ ਦਾ ਹੈਗਾ ਪਰ ਪੱਕੇ ਨਹੀਂ ਸੀ ਹਲੇ ਕੱਚੇ ਹੀ ਸੀਗੇ। ਅਤੇ ਦੂਜਾ ਤਰ੍ਹਾਂ ਤਰ੍ਹਾਂ ਦੇ ਦੇਖਿਆ ਵੀ ਬਹੁਤ ਤਜਰਬਾ ਡਿਫਰੈਂਟ ਤਜਰਬਾ। ਅਤੇ ਤੁਹਾਨੂੰ ਗੋਰੇ ਵੀ ਮਿਲੇ ਲੋਕ ਹੋਰ? ਹਾਂ ਗੋਰੇ ਦੇ ਇਹ ਵੀ ਬਹੁਤ ਮਿਲਦੇ ਰਹੇ ਆ। ਅੱਛਾ ਜੀ ਉਹਨਾਂ ਨੇ ਪੁੱਛਿਆ ਤੁਹਾਨੂੰ ਵੀ ਕਿਉਂ ਤੁਰੇ ਤੁਰੇ ਜਾਂਦੇ ਤੁਸੀਂ ਪੁੱਛਿਆ ਉਹਨਾਂ ਨੇ? ਹਾਂ ਕੁਛ ਤਾਂ ਹੀ ਪੁੱਛਿਆ ਆਪਣੇ ਹੱਥੀਂ ਬਣਾਈਆਂ ਹੁਣ ਵੀ ਆ ਦੇਖ ਲੋ ਅੰਗੂਰਾਂ ਦਾ ਬਾਗ। ਹਾਂਜੀ ਗਰੇਪਾਂ ਦੇ ਫਸਲ ਇੱਥੇ ਕੋਈ ਹੈ ਨਹੀਂ ਅਤੇ ਡੈਰੀਆਂ ਕੋਲ ਦੇਖਦੇ ਹਾਂ ਆਪਾਂ ਜੋ ਸਬਜ਼ੀ ਮੁਕੀ ਅਤੇ ਉਹ ਮਿਲਦੀ ਹੈ ਜ਼ਿਆਦਾ। ਨਹੀਂ ਆਪਣੇ ਜੇ ਤੁਸੀਂ ਸੈਕਰਾਮੈਂਟੋ ਤੋਂ ਪਰੇ ਚੱਲ ਜਾਓ ਤੁਹਾਨੂੰ ਝੋਨਾ ਵੀ ਬਹੁਤ ਮਿਲ ਜੂਗਾ। ਉਹ ਤਾਂ ਜੀ ਜਾਵਾਂਗੇ ਫਿਰ ਪਤਾ ਲੱਗੂ ਜਿੱਥੋਂ ਅਸੀਂ ਆਏ ਹਾਂ। ਹਾਂਜੀ ਹਾਂਜੀ ਅਤੇ ਅਸੀਂ ਵੀ ਦੇਖੀ ਕਿਤੇ ਬਾਹਲੀ ਮੱਕੀ ਮੁੱਕੀ ਬਸ
ਗੁਰੂਆ ਬਾਗ ਹੀ ਬਾਗ ਆਉਂਦੇ ਗਏ ਬਾਕੀ ਜ਼ਿਆਦਾ ਟਲੈਰੀ ਲਾ ਕੇ ਬੀਜੀ ਹੋਈ ਅੱਗੇ ਹਾਂ ਇੰਨੀ ਪਾਣੀ ਹੈ ਥੋੜੀ ਘੱਟ ਟਲੈਰੀ ਲਾ ਕੇ ਫਾਰਮ ਆ ਉੱਥੇ ਨੇੜੇ ਤੇੜੇ ਜੀ ਦਿਸੀ ਆ ਤੇ ਜਵਾਰ ਸੀਗੀ ਜਵਾਰ ਦੀ ਦਿੱਤੀ ਆ ਬਹੁਤ ਵਧੀਆ ਲੱਗੀ ਤੇ ਜਵਾਰ ਬੜੀ ਭਾਰੀ ਜਵਾਰ ਸੀਗੀ ਸੀਗੀ ਤਾਂ ਛੋਟੀ ਛੋਟੀ ਕਹਿੰਦੇ ਵੀ ਇਹ ਵੀ ਗਾਈਆਂ ਦਾ ਚਾਰਾ ਬਣਾਉਂਦੇ ਆ ਹਾਂਜੀ ਤੇ ਗਾਈਆਂ ਬੜੀਆਂ ਭਾਰੀ ਭਾਰੀ ਦਿੱਤੀਆਂ ਜੀ ਨਹੀਂ ਵਧੀਆ 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 अगला अगले 2034 50 साल हो जाने कोई जरूरी नहीं कोई बाहर तुरना भी जिन्ना भी हो सकता उन्नी तुर लो हां जी हां दर्द बयान कर सकते हैं पहला भी इतने मार्च कढे गए ਕੋਈ 2-3 ਸਾਲ ਪਹਿਲਾਂ ਕੱਢਿਆ ਸੀਗਾ ਸਾਡਾ ਸ਼ਹਿਰ ਬਲੀਨੋ ਆ ਅੱਛਾ ਅੱਛਾ ਜੀ ਉੱਥੋਂ ਕੱਢਿਆ ਸੀ ਫਾਰਮਰਾਂ ਨੇ ਅੱਛਾ ਜੀ ਕੋਈ ਉਹਨਾਂ ਦਾ ਬਿੱਲ ਸੀਗਾ ਉਹਦੇ ਬਾਰੇ ਪਹਿਲਾਂ ਕੱਢੇ 1-2 ਮਾਰਚ ਠੀਕ ਪਰ ਇਹ ਸਾਡਾ ਮਾਰਚ ਉਦੋਂ ਵੱਡਾ ਤੁਹਾਡਾ ਮਾਰਚ 300 ਮੀਲ ਦਾ ਹੀ ਬਣਦਾ ਸਾਡਾ 350 ਮੀਲ ਆ ਇਹ 350 ਮੀਲ ਆ 350 ਹਾਂ ਠੀਕ ਮੈਨੂੰ ਹੋ ਸਕਦਾ ਕਿ ਦਾਮ ਦੇ ਇਹ ਵੀ ਕਈ ਵੀ ਪੂਰਾ ਐਂ ਤਾਂ ਮਿਲਿਆ ਨਹੀਂ मूहरे पुल तंग आ गया फिर इस करके इतो तुरना बड़ा मुश्किल है देखो किन्ना तंग ट्रैफिक बहुत तेज है तंग किन्ना पुल जड़िया तुहाडी सेफ्टी का भी ध्यान रखा सेफ्टी पहला जी सेफ्टी पहला किन्ना खतरनाक पुल है देखो ਇਹ ਸਿਟੀ ਵਾਲਿਆਂ ਨੂੰ ਇਹਦੀ ਕੰਪਲੇਨ ਕਰਨੀ ਚਾਹੀਦੀ ਇੱਦਾਂ ਦੇ ਪੁਲਾਂ ਦੀ ਹੈ ਪਰ ਇਹ ਖੜੇ ਹੋ ਜਾਓ ਬੈਂਚ ਭਾਵੇਂ ਨਹੀਂ ਤੁਰ ਕੇ ਫਿਰ ਵੀ ਜ਼ਰੂਰ ਸਰਕਾਰ ਨੂੰ ਪ੍ਰੋਵੀਜ਼ਨ ਰੱਖਣਾ ਚਾਹੀਦਾ ਵੀ ਹਰ ਸੜਕ ਨਾਲ ਤੁਰ ਕੇ ਜਾ ਸਕੀਏ ਹੈ ਪਰ ਜ਼ਿਆਦਾ ਥਾਂ ਇੱਦਾਂ ਹੀ ਆ ਥਾਂ ਬਣੇ ਸਾਰੇ ਪਾਸੇ ਇੱਦਾਂ ਹੀ ਆ ਆਹ ਕੋਈ ਕੋਈ ਏਰੀਆ ਆਉਂਦੇ ਜਿੱਦਾਂ ਬੈਂਚ ਬਹੁਤ ਘੱਟ ਡੂੰਘਾ ਆ ਗਿਆ
Get him water. ਤੁਸੀਂ ਕੋਈ ਕਿੱਸਾ ਦੱਸਣਾ ਜੀ? ਨਹੀਂ ਠੀਕ ਹੈ, ਬੰਦ ਕਰਦਾ ਜੀ। ਇਹ ਤੰਗ ਜਿਹੜਾ ਪੁਲ ਤੰਗ ਆ ਵੀ ਉੱਥੋਂ ਤੁਰ ਕੇ ਕੱਢ ਲੈਂਦੇ ਜੀ। ਸਤਿ ਸ੍ਰੀ ਅਕਾਲ। ਹਾਂਜੀ, ਆਹ ਸਾਡੇ ਬਾਪੂ ਜੀ ਬਜ਼ੁਰਗ 81 ਸਾਲ ਦੇ ਆ, ਸਾਡੇ ਨਾਲ ਚੱਲ ਰਹੇ ਆ। ਮੈਂ ਇੱਧਰ ਤੁਰਦਾ ਭਰਾਵਾ, ਮੈਂ ਇੱਧਰ ਹੀ ਤੁਰਦਾ। ਨਹੀਂ ਮੈਂ ਆਲਰੇਡੀ ਇੱਧਰ ਸੀਗਾ, ਪਰ ਡੈਥ ਹੋ ਗਿਆ, ਮੈਂ ਇੱਧਰ ਹੋਰ ਜ਼ਿਆਦਾ ਹੋ ਜਾਂਦਾ। ਚਲੋ ਜੀ ਉੱਧਰ ਹੋ ਜਾਓ। ਹੁਣ ਫਿਰ ਵੈਨਾਂ ਦੇ ਵਿਚਾਲੇ ਵਿਚਾਲੇ ਰਹਿਣਾ ਹੈ ਜੀ, ਤਾਂ ਇੱਕ ਲਾਈਨ 'ਚ ਰੱਖਿਓ ਇੱਧਰਲੇ ਪਾਸੇ ਨੂੰ, ਸੜਕਾਂ ਨੂੰ ਬਿਲਕੁਲ ਨਾ ਹੋਇਓ। ਵਾਹਿਗੁਰੂ, 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 ਵਾਹਿਗੁਰੂ,
अलग अलग आ कोई दो बंदे तो मिला नहीं सकते भी दूजा इन्ना तो आप आने वो थोड़ा वो बंदा आप नहीं नहीं ठीक है हर एक बंदे भी अपनी लाइफ रब ने हर एक बंदे अलग बनाया पर जी बंदे के दिमाग में सिर्फ रब ही पा सकता किसी लिए जिदा हम तीन उन्होंने याद तुरद पे हाँ किन्ने अपने जिन्हें भी शरीर आए आ इतने तो परमात्मा की जिते मेहर हो गए उ आ सकता कि नहीं नहीं मैं देखे अजकल ज्यादा लोकी ज्यादा कितने लंगर लाना हो उ ज़्यादा भीड़ हो जाती है अच्छा पर जो तीन इंसाफ की गल करनी है मतलब कि पैदल तुर के जा फिर लोग घर ही रहना पसंद करते कि नहीं तकलीफ तो फिर मानते हैं तुरै नहीं जाता तुरै नहीं जाता कई बार ठीक है हाँ जी हाँ जी टाइम की बहुत प्रॉब्लम है लोग पैसा कमाई जाते भी किश्त देनिया औखी हो जाए घर दिन औखिया हो जाए टाइम भी घट है लोग टाइम टाइम तो ही घट नहीं ना भी लोड़ पैसे की लोड़ है पैसे की लोड़ पैसे की लोड़ हैगी सजा नहीं आता मैं कहना जेड़े जेड़े देश च लोग वेले रेंदे उन्होंने ज्यादा ये मार्च कढ़ना चाहिए वेले रेंदे मार्च अपने पंजाब च किन्ने मार्च कढ़दा वेले भी टाइम भी हुंदा ते उन्होंने केड़ा कि किश्ती देनी हुंदी है ਉਹ ਆਪਾਂ ਹੀ ਸੋਚਦੇ ਨਾ ਉਹ ਉਹਦੀ ਉਹਨਾਂ ਨੂੰ ਪੁੱਛੀ ਉਹ ਆਖੇ ਉਹ ਬੜੇ ਤੰਗ ਆ ਸੀ ਵੀ ਅੱਛਾ ਜੀ ਅੱਛਾ ਨਿੱਕੀ ਬੰਦਾ ਪ੍ਰੋਬਲਮ ਹਰ ਕੋਲ ਹੈਗੀ ਆ ਬੰਦੇ ਕੋਲ ਆਪਾਂ ਨੂੰ ਕੀ ਰਿਹਾ ਦੇਖਣ ਨੂੰ ਲੱਗਦਾ ਦੇਖਣ ਨੂੰ ਲੱਗਦਾ ਬੇਲ ਹਾਂਜੀ ਹਾਂਜੀ ਉਹਨਾਂ ਦੀਆਂ ਉਹਨਾਂ ਦੇ ਹਿਸਾਬ ਨਾਲ ਪ੍ਰੋਬਲਮ ਹੈਗੀ ਆ ਮਤਲਬ ਕਿ ਜਿੱਦਾਂ ਦੀ ਕੰਟਰੀ 'ਚ ਬੰਦਾ ਰਹਿਣ ਲੱਗ ਪਵੇ ਉਹਦੇ ਹਿਸਾਬ ਨਾਲ ਦੁਨੀਆ ਪ੍ਰੋਬਲਮ ਆ ਜਾਂਦੀ ਹਾਂ ਹੋਰ ਦੀ ਬਣ ਜਾਂਦੀਆਂ ਅਤੇ ਹੋਰ ਹਿਸਾਬ ਦੀਆਂ ਪ੍ਰੋਬਲਮ ਆ ਇੱਥੇ ਹੋਰ ਹਿਸਾਬ ਦੀਆਂ ਪ੍ਰੋਬਲਮ ਆ ਹਾਂਜੀ ਹਰ ਕਿਸਾਨੀ ਅਲੱਗ ਅਲੱਗ ਆ कुत्ते करते तो नहीं दसते पे लोकां ने गावां भी रखियां ने माता तो उदा लोग ने बनाती है वह है तो जानवर ही चलो ये ना ही मान लो ये गौ माता अपने चतराज ही नहीं कोई ना ना कोई इतराज नहीं जेदी जेदी श्रद्धा कोई इतराज नहीं गौ माता कह दो हाँ जी हाँ जी चक्कर चक्कर ये होंगे ना भी भेदभाव है नहीं भेदभाव नहीं
ਜਿਹੜਾ ਜਾਨਵਰ ਜ਼ਿਆਦਾ ਇਨਸਾਨ ਵਾਂਗੂ ਸੋਚਦਾ ਇਨਸਾਨ ਦੇ ਲਿਆਗੇ ਹੁੰਦਾ ਉਹ ਸਮਝਦਾ ਆ ਉਹਨੂੰ ਫਿਰ ਆਪਾਂ ਰਿਸ਼ਤੇਦਾਰੀ ਬਣਾ ਲੈਂਦੇ ਹਾਂ ਭਾਵੇਂ ਉਹ ਕੁੱਤਾ ਹੋਵੇ ਭਾਵੇਂ ਘੋੜਾ ਹੋਵੇ ਘੋੜੇ ਨੂੰ ਭਾਈ ਜਾਨ ਕਹਿ ਦਿੰਦੇ ਹਾਂ ਘੋੜਾ ਵੀ ਇਨਸਾਨ ਨੂੰ ਬਹੁਤ ਸਮਝਦਾ ਤੇ ਜਿਹੜੀਆਂ ਇਹ ਗਾਵਾਂ ਮੱਝਾਂ ਹੁੰਦੀਆਂ ਇਹਨਾਂ ਦੇ ਵੀ ਬੜੇ ਦਿਮਾਗ ਹੁੰਦੇ ਆ ਇਹਨਾਂ ਦਾ ਦੁੱਧ ਦੁੱਧ ਪੀਂਦੇ ਹਾਂ ਆਪਾਂ ਇੱਕ ਹਿਸਾਬ ਦਾ ਇਹਨਾਂ ਦਾ ਦੁੱਧ ਪੀਦਾ ਹਾਂ ਤੇ ਇਸ ਕਰਕੇ ਫਿਰ ਕਈ ਕਮਿਊਨਿਟੀਆਂ ਇਹਨਾਂ ਨੂੰ ਮਾਂ ਕਹਿ ਦਿੰਦੀਆਂ ਪੁਰਾਣੇ ਜਮਾਨੇ ਚ ਟਰੈਕਟਰ ਤਾਂ ਹੈ ਵੀ ਸੀ ਬਲਦ ਦੀਆਂ ਵੀ ਜਿਹੜੇ ਹਰ ਟਾਈਮ ਹੀ ਬਲਦਾਂ ਦੀ ਲੋੜ ਸੀ ਬਿਲਕੁਲ ਜੀ ਬਿਲਕੁਲ ਕੁਦਰਤੀ ਆ ਗੱਲ ਇਹ ਤਾਂ ਹਾਂਜੀ ਹਾਂਜੀ ਇਹ ਆਪਣੇ ਪੰਜਾਬ 'ਚ ਤਾਂ ਇਹ ਤਾਂ ਪੰਜਾਬ ਤਾਂ ਪਹਿਲਾਂ ਹੀ ਆਇਆ ਇਹਨੂੰ ਗਾਂ ਨੂੰ ਮੱਝ ਨੂੰ ਐਂ ਵਧੀਆ ਪਿਆਰ ਨਾਲ ਸਮਝਦੇ ਆ ਜਿਹੜੇ ਜਿਹੜੇ ਗੁੱਜਰ ਆ ਨਾ ਕਹਿੰਦੇ ਆ ਮੱਝ ਨੂੰ ਬੋਲੀ ਸਿਖਾਉਂਦੇ ਆ ਆਪਣੀ ਇਨਸਾਨ ਵਾਲੀ ਉਹ ਜੇ ਕਹਿਣਗੇ ਰੁਕ ਜਾ ਮੱਝ ਉੱਥੇ ਰੁਕ ਜਾਂਦੀ ਪਸ਼ੂ ਆਖਰ ਤਾਂ ਸਿੱਖ ਜਾਂਦਾ ਬਿਲਕੁਲ ਪੂਰੀ ਬੋਲੀ ਸਿਖਾਉਂਦੇ ਉਹਨਾਂ ਕੋਲ ਪਤਾ ਨਹੀਂ ਕਿਹੜੀ ਤਕਨੀਕ ਆ ਆਪਣੇ ਬੰਦੇ ਨਹੀਂ ਸਿਖਾ ਸਕਦੇ ਉਹ ਚੀਜ਼ ਨਹੀਂ ਹਜੇ ਬੜੀ ਦੂਰ ਆ ਇਹ ਤਾਂ ਕੁਛ ਵੀ ਨਹੀਂ ਹੈ ਇੱਥੋਂ ਮੁੜ ਕੇ ਗਈ ਇਹਨਾਂ ਦੀ ਫੌਜਾ ਸਿੰਘ ਨਾਲ ਦੌੜ ਕਰਾਉਂਦੇ ਫਿਰ ਹਾਂ ਅਸੀਂ ਫੌਜਾ ਸਿੰਘ ਦਾ ਨੰਬਰ ਨਹੀਂ ਲੈ ਸਕਦੇ ਪਰ ਅਸੀਂ ਉਹਨੂੰ ਫਾਲੋ ਕਰਾਂਗੇ ਠੀਕ ਹੈ ਜੀ ਤੇ ਜ਼ਰੂਰ ਇੱਕ ਦਿਨ ਅਸੀਂ ਉਹਦਾ ਜੋ ਬਿਲਕੁਲ ਬਿਲਕੁਲ ਜੀ ਨਹੀਂ ਜੀ ਮੈਂ ਤਾਂ ਕਹਿੰਦਾ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਇੱਦਾਂ ਦੇ ਬਜ਼ੁਰਗ ਕੋਲੋਂ ਬੱਚੇ ਕੀ ਖਾਏ ਪੀਜੇ ਬਰਗਰ ਹੀ ਖਾਈ ਜਾਂਦੇ ਆ ਉਹ ਕਿੱਥੇ ਉਹ 81 ਸਾਲ ਦੀ ਉਮਰ 'ਚ ਤੁਰ ਲੈਣਗੇ ਇੰਨਾ ਹੀ ਜਿਹੜੇ ਅੱਜ ਪੀਜੇ ਬਰਗਰ ਖਾ ਰਹੇ ਆ ਕੋਈ ਸ਼ੂਗਰ ਨਹੀਂ ਹਾਂਜੀ ਲੋਕ ਮੇਰਾ ਸੁਣ ਲੈ ਲਓ ਮੇਰੇ ਵਾਲਾ ਲੈ ਲਓ ਕੋਈ ਬਾਜ਼ ਮਿਕਸ ਹੋ ਜਾਂਦੀ ਨਹੀਂ ਕੋਈ ਗੱਲ ਨਹੀਂ ਇੱਦਾਂ ਤੁਹਾਡੀ ਸਿਹਤ ਦਾ ਕੀ ਰਾਜ ਹੈ ਜੀ ਬਾਕੀ ਸਾਰਾ ਸਿਹਤ ਸਾਰਿਆਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਪਤਾ ਸਾਰਿਆਂ ਨੂੰ ਜ਼ਿਆਦਾ ਐਕਸਰਸਾਈਜ਼ ਕਰਨੀ ਚਾਹੀਦੀ ਅਸੀਂ ਭਾਈ ਸਾਹਿਬ ਨਾਲ ਉਹੀ ਗੱਲ ਕਰਦੇ ਸੀ ਜਿਹਦਾ ਪਰਮਾਤਮਾ ਜਿੱਤੇ ਜਿੱਦਾਂ ਦੀ ਸੋਚ ਪਾ ਦੇਵੇ ਹਾਂਜੀ ਹਾਂਜੀ ਉਹ ਠੀਕ ਹੈ ਸਾਡੀ ਤਾਂ ਵਾਹਿਗੁਰੂ ਦੇ ਬਿਨਾਂ ਨਹੀਂ ਕੁਛ ਨਹੀਂ ਸਰ ਜ਼ਿਆਦਾ ਹੁਣ ਆਪਣੇ ਬੰਦੇ ਜ਼ਿਆਦਾ ਪਰਮਾਤਮਾ ਨੇ ਲੰਗਰ ਬਣਾਉਣ ਦੀ ਸੋਚ ਪਾਈ ਹੈ ਜ਼ਿਆਦਾ ਲੰਗਰ ਹੀ ਬਣਾਉਂਦੇ ਨਹੀਂ ਸਾਰੀ ਤਰ੍ਹਾਂ ਦੇ ਆ ਜ਼ਿਆਦਾ ਠੀਕ ਠੀਕ ਅਸੀਂ ਮਤਲਬ ਪਰੌਂਠੇ ਜ਼ਿਆਦਾ ਖਾਂਦੇ ਹਾਂ ਹਾਂਜੀ ਪਰੌਂਠੇ ਜ਼ਿਆਦਾ ਖਾ ਲਈਦੇ ਜਿਹੜਾ ਮਤਲਬ ਐਕਸਰਸਾਈਜ਼ ਜ਼ੀਰੋ ਆ ਐਕਸਰਸਾਈਜ਼ ਤੋਂ ਜ਼ੀਰੋ ਹਾਂਜੀ ਹਾਂਜੀ ਪਰੌਂਠੇ ਖਾਓ ਜੇ ਐਕਸਰਸਾਈਜ਼ ਕਰੋ ਫਿਰ ਸੋਕੇ ਠੀਕ ਹੈ ਜੀ ਮਹਾਰਾਜ ਕਿਤੇ ਮੈਂ ਫੋਰੀ ਮੈਰਾਥਨ ਦੀ ਕਰ ਰਿਹਾ ਮੈਂ ਅਤੇ 5 ਮੈਰਾਥਨ ਹੈਫ ਮੈਰਾਥਨ ਸਾਲ ਦੀ ਕਰਦਾ ਮਹਾਰਾਜ ਨਹੀਂ ਭੰਡਿਆ ਨਹੀਂ ਤੁਸੀਂ ਨਹੀਂ 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 ਅਸੀਂ ਭੰਡਦੇ ਨਹੀਂ ਪਏ ਮਹਾਰਾਜ
ठीक ठीक है नहीं ठीक है लंगर गुरु नानक देव जी ने शुरू किया जी कहते जैसा अन्न तैसा मन अपना लंगर छकते हैं ता ही गुरु वाले बनते हैं क्योंकि साढ़े अंदर एनर्जी आ जाती है तो लंगर छकना बहुत जरूरी है जी लंगर कट्ठे बह के पंगत विच नाले एक तो सेवा भावना आती जो तुम बर्तन साफ करते हैं तो असी लंगर के खिलाफ नहीं कुछ कहा उदा कह रहे हैं भी अपने एक्सरसाइज भी करनी चाहिए एक्सरसाइज करनी चाहिए हाँ जी सवेरे उठ दे किन्ने बजे रात सोने किन्ने बजे दस बजे सो के दो बजे उठ जाने पर तुहानू लगता नहीं मेरी नींद थोड़ी नींद भी पूरी हो जाती फिर भी क्या अजे अजे सूरज नहीं चढ़ा अमृत वेले बिलकुल जी हुण तुहाडियां गल्लां तो मैं इन्ना इंस्पायर होया ना मैं अज रात नूं जाके 2:30 बजे दा अलार्म लाऊंगा अपने प्यारा सिंह जी 81 साल की उम्र है जी देख लो 81 साल की उम्र च भी इस निरभाव मोर्चे विच जिहड़ा कि नवंबर 1984 च दिल्ली च जिन्ने भी शहीद होए सी जेनोसाइड दे विच उन्हां दी याद विच एक पैदल मार्च जिहड़ा जा रहा ते उहदे लई भाई प्यारा सिंह जी ने अपने बहुत प्यारे बचन दसे सानू भी अमृत वेला सांभ लो कि तां शरीर तां 9x9 रहूगा सारी अमृत वेले दी शक्ति है ते इह हुण बाणी दी शक्ति ते वधिया गल है सिक्खी बहुत सोहणी असीं भी कोशिश करांगे 2:30 बजे दा अलार्म लावांगे अज रात नूं
ਜੇ ਪਰਮਾਤਮਾ ਜਗਾ ਦੇਵੇ ਤਾਂ ਹਨਾ ਪਹਿਲਾਂ ਸਾਨੂੰ ਦੋ ਹਫ਼ਤੇ ਦੋ ਹਫ਼ਤੇ ਆਪਣੇ ਆਪ ਜਾਗ ਆਉਣ ਲੱਗ ਪੈਣੀ ਅਤੇ ਜੇ ਮੰਨ ਲਓ ਮਨ ਕਰੇ ਨਾ ਉੱਠ ਫਿਰ ਕੋਈ ਇਹਨੂੰ ਕੋਈ ਸਜ਼ਾ ਵੀ ਦੇਣੀ ਚਾਹੀਦੀ ਮਨ ਨੂੰ ਪਾਣੀ ਪਾ ਦੇ ਉੱਤੇ ਨਹਾ ਲੈਣਾ ਚਾਹੀਦਾ ਮੇਰਾ ਕਹਿੰਦਾ ਇਹਨੂੰ ਠੰਡੇ ਪਾਣੀ ਪਾਓਗੇ ਉੱਤੇ ਇਸ਼ਨਾਨ ਕਰ ਲਓ ਠੰਡੇ ਪਾਣੀ ਠੰਡੇ ਪਾਣੀ ਠੰਡੇ ਪਾਣੀ ਨਾਲ ਸ਼ਾਵਰ 'ਚ ਵੜ ਜਾਏ ਨਹੀਂ ਹਟਾ ਵੀ ਸ਼ਾਵਰ 'ਚ ਵੜ ਦਿਓ ਠੰਡੇ ਪਾਣੀ 'ਚ ਠੰਡੇ ਪਾਣੀ ਦੇਖੋ ਤਾਂ ਮੰਨਦਾ ਫਿਰ ਇਹ ਅੱਛਾ ਉੱਠ ਕੇ ਵੀ ਫਿਰ ਨੀਂਦ ਆਵੇ ਮੈਂ ਨਹਾ ਲੇ ਦੂਏ ਦਿਨ ਫਿਰ ਉਹ ਕਹਿੰਦੇ ਨਾ ਮੈਂ ਆਪੇ ਉੱਠਾਂਗਾ ਅੱਛਾ ਜੀ ਮਤਲਬ ਕਿ ਮਨ ਨੂੰ ਤੁਹਾਨੂੰ ਸਤਾਉਣਾ ਪੈਣਾ ਥੋੜਾ ਲੜਨਾ ਪੈਣਾ ਆਪਣੇ ਮਨ ਨੂੰ ਲੜਨਾ ਕਰਨਾ ਪੈਣਾ ਇਹਨੂੰ अपने वर्गे आलसी तां वी बन जांदे आ वी कहिंदे वी कहिंदे 8 घंटे नींद पूरी करनी चाहीदी आ ओ ओ ओ सानू पता हो जे डॉक्टर नूं पता हो डॉक्टर मेरी ते 2-3 घंटे च पूरी हो जांदी नहीं सही है जी अपने सारे महापुरुष इदां ही करदे हां जी हां जी ठीक है जी तुसीं कहिंदे महापुरुष चलो आप मिलते हैं फिर ब्रेक तो बाद हम इतने अपने ब्रेक लै रही है अपनी जो पैदल मार्च अपना निरपम मार्च ब्रेक लै रहा तो मिलते हैं ब्रेक तो बाद ओके जी वाहे खालसा ਵਾਹਿਗੁਰੂ ਜੀ ਕੀ ਫਤਿਹ ਮੋਰਚਾ ਸੈਕਰਾਮੈਂਟੋ ਸੈਂਟਰ ਹੋ ਚੁੱਕਾ ਜੀ ਪੈਦਲ ਜਿਹੜਾ 1984 ਵਿੱਚ ਜੈਨੋਸਾਈਡ 'ਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਇਨਸਾਫ ਲਈ ਨਿਰਭਉ ਮੋਰਚਾ ਚੱਲਦਾ ਹੋਇਆ ਜੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਵਾਹਿਗੁਰੂ ਵਾਹਿਗੁਰੂ ਜਿਹੜੇ 1984 ਵਿੱਚ ਜੈਨੋਸਾਈਡ ਲਈ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ 40 ਸਾਲ ਬਾਅਦ ਅੱਜ ਉਹਨਾਂ ਦੇ ਇਨਸਾਫ ਲਈ ਅਤੇ ਉਹਨਾਂ ਦੀ ਯਾਦ ਲਈ ਪੈਦਲ ਯਾਤਰਾ ਜਿਹੜੀ 350 ਮੀਲ ਦੀ ਬਣਦੀ ਆ ਬੇਕਰ ਸਟਰੀਟ ਤੋਂ ਲੈ ਕੇ ਸੈਕਰਾਮੈਂਟੋ ਤੱਕ ਕੱਢੀ ਜਾ ਰਹੀ ਆ ਅਤੇ ਅੱਜ ਅਸੀਂ 30 ਅਕਤੂਬਰ ਨੂੰ ਉਸ ਰੈਲੀ ਦਾ ਇੱਕ ਪਾਰਟ ਬਣੇ ਹਾਂ ਅਤੇ ਹੁਣ ਅਸੀਂ ਸ਼ਹਿਰ 'ਚ ਐਂਟਰ ਹੋਣ ਵਾਲੇ ਹਾਂ ਬਸ ਹੋਰ 10 ਮੀਲਾਂ ਨੂੰ ਆ ਗਿਆ ਸ਼ਹਿਰ 10 ਮੀਲ ਵੀ ਕਾਹਨੂੰ 5 ਪਤਾ ਨਹੀਂ ਰਹਿ ਕੇ ਹੋਏ ਹਾਂ ਅਤੇ ਸੰਗਤਾਂ ਵਿੱਚ ਥਾ ਪ੍ਰੇਮ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਕਈ ਤਾਂ ਬੋਲ ਹੀ ਨਹੀਂ ਸਕਦੇ ਵੀ ਅਸੀਂ ਗੱਲ ਹੀ ਨਹੀਂ ਕਰ ਸਕਦੇ ਅਤੇ ਸਿਮਰਨ ਕਰਦੇ ਹੋਈ ਸਿਮਰਨ ਕਰਦੇ ਹੋਇਆ ਕਾਫਲਾ ਅੱਗੇ ਵੱਧਦਾ ਜਾ ਰਿਹਾ ਅਤੇ ਮੁੜ ਕੇ ਸਾਰੇ ਇਸ ਪੈਦਲ ਯਾਤਰਾ ਦਾ ਮਕਸਦ ਇਹੀ ਆ ਕਿ ਕੋਈ ਵੀ ਦੁਬਾਰਾ ਇੱਦਾਂ ਦਾ ਕੋਈ ਜੈਨੋਸਾਈਡ ਕਿਸੇ ਵੀ ਇਕੱਲੇ ਸਿੱਖਾਂ ਨਾਲ ਨਹੀਂ ਕਿਸੇ ਵੀ ਕੌਮ ਨਾਲ ਇਸ ਧਰਤੀ 'ਤੇ ਨਾ ਹੋਵੇ ਅਤੇ ਇੱਕੋ ਹੀ ਮੈਸੇਜ ਪੂਰੀ ਦੁਨੀਆ 'ਚ ਜਾਵੇ ਜੀਓ ਅਤੇ ਜੀਣ ਦਿਓ ਕਿ ਸਾਰੀ ਹਰ ਇੱਕ ਧਰਤੀ 'ਤੇ ਧਰਤੀ ਕੋਲ ਇੰਨਾ ਕੁਛ ਆ ਵੀ ਧਰਤੀ ਹਰ ਇੱਕ ਨੂੰ ਪਿਆਰ ਨਾਲ ਆਪਣੇ ਰੱਖ ਸਕਦੀ ਹੈ ਜੀ ਹਰ ਕੌਮ ਨੂੰ ਅਤੇ ਖਾਣ ਪੀਣ ਨੂੰ ਨਹੀਂ ਮੁੱਕਦਾ ਇੱਥੋਂ ਕਦੀ ਵੀ ਕੁਛ ਕੋਈ ਵੀ ਆਪਸ 'ਚ ਇੱਕ ਦੂਜੀ ਕੌਮ ਕਿਸੇ ਕੌਮ ਦਾ ਜੈਨੋਸਾਈਡ ਨਾ ਕਰੇ ਸਾਰੇ ਪਿਆਰ ਨਾਲ ਰਹਿਣ ਅਤੇ ਉਹਨਾਂ ਦੀ ਯਾਦ ਵਿੱਚ ਜਿਹੜੇ ਵਿਚਾਰੇ ਘਰੋਂ ਨਿਕਲੇ ਅਤੇ ਬਾਅਦ 'ਚ ਪਤਾ ਨਹੀਂ ਉਹਨਾਂ ਨਾਲ ਕੀ ਬਣਿਆ 1984 ਨਵੰਬਰ 1984 ਚ ਉਹਨਾਂ ਦੀ ਯਾਦ ਵਿੱਚ ਸਿਮਰਨ ਕਰਦੇ ਹੋਏ ਕਾਫਲਾ ਚੱਲਦਾ ਹੋਇਆ ਨਿਰਭਉ ਮੋਰਚਾ ਚੱਲਦਾ ਹੋਇਆ ਅਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਲੋਕਾਂ ਨੇ ਭੇਡਾਂ ਵੀ ਰੱਖੀਆਂ ਜੀ। ਹਾਂਜੀ, ਉੱਨ ਲਾ ਕੇ ਵੇਚ ਦੇਣੇ ਇਹਨਾਂ ਦੀ, ਉੱਨ ਲਾ ਕੇ ਵੇਚ ਦੇਣੇ। ਉੱਨ ਤਾਂ ਕਿਹੜੀ ਵੇਚਦੀ ਹੋਣੀ, ਬਸ ਉਹੀ ਕਿਹੜੀ ਸ਼ੌਂਕ ਨਾਲ ਵੇਚਦੇ ਰੱਖਦੇ ਆ। ਸ਼ੌਂਕ ਨਾਲ ਜੇ
ਬਾਲੀਆਂ ਰੱਖਦੇ ਆ ਹਜ਼ਾਰਾਂ ਚ ਤਾਂ ਉਹਨ ਵਿਕਦੀ ਵਾ ਉਹਨ ਇੱਕ ਦੋ ਭੇਡਾਂ ਦੀ ਜਿਹੜੀ ਉਹਨ ਵਿਕਦੀ ਨਹੀਂ ਕਾਫੀ ਆ ਉਧਰ 50 ਪਈਆਂ ਕਿੰਨੀਆਂ ਵੀ ਹੋਣੇ ਤਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਦੁਆਰੇ ਸਵਾਗਤ ਹੋਊਗਾ ਫਿਰ ਵਧੀਆ ਜੀ ਵਧੀਆ ਚਲੋ ਵਧੀਆ ਗੁਰਦੁਆਰੇ ਬਹੁਤ ਪਿਆਰ ਨਾਲ ਸੇਵਾ ਕਰਦੇ ਜੀ ਮੈਨੂੰ ਲੱਗਦਾ ਕੱਲ੍ਹ ਸੰਗਤ ਜ਼ਿਆਦਾ ਹੋਊ ਤੁਹਾਡੇ ਨਾਲ ਮੈਂ ਕਹਿੰਦਾ ਅਗਲੀ ਹਾਂ ਨਹੀਂ ਅਗਲੀ ਵਾਰੀ ਮੈਂ ਕਹਿੰਦਾ ਗੋਰਿਆਂ ਨੂੰ ਵੀ ਨਾਲ ਮਿਲਾ ਲਿਓ ਤੇ ਕਾਲਿਆਂ ਨੂੰ ਵੀ ਨਾਲ ਮਿਲਾ ਲਿਓ ਕਿ ਨਹੀਂ ਸਾਰੀਆਂ ਕਮਿਊਨਿਟੀਆਂ ਨਾਲ ਮਿਲਾ ਕੇ ਕੱਢਣਾ ਚਾਹੀਦਾ ਜੈਨੋਸਾਈਡ ਦੇ ਖਿਲਾਫ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਵੀ ਜੈਨੋਸਾਈਡ ਨਹੀਂ ਹੋਣਾ ਚਾਹੀਦਾ ਨਹੀਂ ਸਾਰੀਆਂ ਕਮਿਊਨਿਟੀਆਂ ਨੂੰ ਹੋਣਾ ਚਾਹੀਦਾ ਵੀ ਅਸੀਂ ਜੈਨੋਸਾਈਡ ਨਾ ਹੋਣ ਦੇਣਾ ਅਤੇ ਨਾ ਕਰਨਾ ਸਾਰੀ ਕਮਿਊਨਿਟੀਆਂ ਨੂੰ ਫਿਰ ਨਾਲ ਲੈ ਕੇ ਤੁਰਨਾ ਚਾਹੀਦਾ ਵੀ ਨਾ ਜੈਨੋਸਾਈਡ ਹੋਣ ਦੇਣਾ ਅਤੇ ਨਾ ਕਰਨਾ ਅਤੇ ਸਾਰੇ ਇਹਦਾ ਸਾਥ ਦੇਣ ਅਤੇ ਅਵੇਅਰਨੈਸ ਜਾਵੇ ਪੂਰੇ ਕਿ ਧਰਤੀ 'ਤੇ ਉਹ ਜੀਓ ਅਤੇ ਜੀਣ ਦਿਓ ਹੈ ਨਾ ਨਹੀਂ ਮੈਂ ਇੱਧਰ ਤਾਂ ਤੁਰਦਾ ਪਿਆ ਵੀ ਉਹ ਮੇਰਾ ਜ਼ਿਆਦਾ ਮੋਢਾ ਨਿਕਲ ਜਾਂਦਾ ਫਿਰ ਉਹ ਬੰਦੇ ਇਤਰਾਜ਼ ਕਰਦੇ ਆ ਗੱਡੀ ਦੇਖ ਲਿਓ ਹਾਂਜੀ ਇੱਥੇ ਹੁਣ ਬਿਲਕੁਲ ਵੀ ਰਾਹ ਹੈ ਨਹੀਂ ਜਿੱਦਾਂ ਬੜੇ ਧਿਆਨ ਨਾਲ ਤੁਰਨਾ ਪੈਣਾ ਹੈ ਨਾ ਇੱਕ ਕਹਿਣਾ ਦੇਖੀ ਜਾਵੇ ਪਿੱਛੇ ਮੈਂ ਫੜਾਂ ਜੇ ਥੱਕ ਗਿਆ ਤਾਂ ਲਿਆ ਮੈਂ ਠੀਕ ਆ ਕੋਈ ਨੀ ਕੋਈ ਨੀ ਕੋਈ ਕੋਈ ਮੈਂ ਫੜ ਲੈਂਦਾ ਧੰਨਵਾਦ ਤੁਸੀਂ ਵੀਡੀਓ ਭਰੀ ਜਾਂਦੇ ਵੀਡੀਓ ਹਾਂਜੀ ਬਣੀ ਜਾਂਦੀ ਮੈਂ ਫੜ ਲੈਂਦਾ ਇੱਦਾਂ ਰੱਖ ਕੇ ਹਲੋ ਫੜ ਲਓ ਤੁਸੀਂ ਵੀ ਬੇਕਰ ਸਵੀਟ ਤੋਂ ਹੀ ਯੂਨੀਵਰਸਿਟੀ ਹੈ ਜੋ ਬਟ ਲੈ ਤੁਹਾਡੇ ਮੇਲਾ ਹੁਣ ਆਪਣਾ ਆਉਣਾ ਨਾ ਹੁਣ ਹਾਂਜੀ ਦੇਖਣਾ ਤੁਸੀਂ ਹਾਂਜੀ ਉੱਥੇ ਹਰੇਕ ਸਾਲ ਜਾਈਦਾ ਨਹੀਂ ਵਧੀਆ ਵਧੀਆ ਮੈਂ ਵੀ ਆਉਣਾ ਉੱਥੇ ਆਇਓ ਰਿਕਾਰਡਿੰਗ ਵੀ ਕਰਾਂਗੇ ਉੱਥੇ ਹਾਂਜੀ ਤੁਹਾਡਾ ਨੰਬਰ ਲਵਾਂਗੇ ਆਪਾਂ ਮਿਲਾਂਗੇ ਉੱਥੇ ਹਾਂਜੀ ਹਾਂਜੀ ਮਿਲਿਓ ਅਤੇ ਯੂਟਿਊਬ 'ਤੇ ਵੀ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਠੀਕ ਹੈ ਸਰਬੱਤ ਦਾ ਭਰਾ ਚੈਨਲ ਤੁਸੀਂ ਵੀ ਅੱਜ ਪਹਿਲਾ ਦਿਨ ਤੁਹਾਡਾ ਜੀ ਤੀਜਾ ਤੀਜਾ ਨੇ ਵਧੀਆ ਕਿੱਦਾਂ ਖੱਲੇ ਖੁੱਲੀਆਂ ਤਾਂ ਨਹੀਂ ਪਈਆਂ ਜੀ ਨਹੀਂ ਥੋੜ੍ਹਾ ਜਿਹਾ ਹੋਇਆ ਸੀਗਾ ਬਾਡੀ ਸੋਰ ਅੱਛਾ ਨਹੀਂ ਵਧੀਆ ਵਧੀਆ ਹੁਣ ਜੇ ਬੰਦਾ ਰੋਜ਼ ਤੁਰਦਾ ਹੋਵੇ ਫਿਰ ਰੋਜ਼ ਤੁਰਦਾ ਹੋਵੇ ਫਿਰ ਗੱਲ ਬਣ ਜਾਂਦੀ ਆ ਬਿਲਕੁਲ ਬਿਲਕੁਲ ਹੁਣ ਆਪਾਂ ਕਦੇ ਕਦੇ ਤੁਰੀਦਾ ਫਿਰ ਔਖਾ ਹੋ ਜਾਂਦਾ ਡਰਾਈਵੇ ਤੇ ਰੁਕ ਜਾ ਹਾਂ
ਵੀਡੀਓ ਇੱਧਰ ਹੀ ਬਣਾਉਂਦੇ ਹਾਂ ਚੰਗਾ ਤੇਜ ਤੋਰ ਲੈਂਦੇ ਪਏ ਧਿਆਨ ਰੱਖ ਘੋੜੇ ਦੀ ਬਣਾਈਏ ਫੜਨ ਘੋੜੇ ਦੀ ਬਣਾ ਦੀ ਮੈਂ ਫੜਨ ਤੋਂ ਬਣਾ ਖੁਰਾ ਘੋੜਾ ਨਾ ਕਹਿੰਦੀ ਮੇਰੇ ਘੋੜੇ ਡਰਦੇ ਪਏ ਕਹਿੰਦੀ ਆ ਸਿਆਣਾ ਘੋੜਾ ਘੋੜੇ ਝੰਡੇ ਤੋਂ ਡਰ ਦਿੰਦੇ ਝੰਡੇ ਤੋਂ ਟੁੱਟਦੇ ਕੀ ਸੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਅੱਜ ਇੰਨਾ ਔਖੇ ਹੋਏ ਆਪਾਂ ਥੋੜੇ ਤੁਰ ਨੂੰ ਨਹੀਂ ਉਦਾਂ ਪਰ ਕੱਲ ਪਰਸੋਂ ਇਹ ਫਿਰ ਬਾਹਰਲੇ ਸੜਕਾਂ ਹੋ ਜਾਂਦੀਆਂ ਇੱਥੇ ਹੈ ਨਹੀਂ ਸਾਈਡ ਵਾਲ ਆ ਠੀਕ ਆ ਯਾਰ ਆਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
सतनाम वाहेगुरु नाम वाहेगुरु सतनाम 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 वाहेगुरु सत वाहेगुरु सतनाम वाहेगुरु सतनाम वाहेगुरु सतनाम वाहेगुरु नाम वाहेगुरु सतनाम 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 वाहे सतनाम वाहेगुरु 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 सतनाम वाहे सतनाम वाहेगुरु सतनाम वाहेगुरु सतनाम वाहे बहुत भीड़ रहा आ गया हूँ शायद बेंच बना तो पेंचर नहीं होती है ना ठीक है ये काफी महंगी होनी है नहीं महंगा नहीं है कितने का आ जाता है 280 280 थोड़े होते मेरा थोड़ा नहीं है 280 $50 का साइकिल आ जाता है महंगा ही होया फिर नहीं नहीं बढ़िया 200 का आ बिलकुल जी हुण अपने नाल साइकिल वाले वीर भी जुड़ गए जी बंबू घाट आखो जी नहीं बहुत सोहना बंबू घाट ब्रेक्स नहीं ब्रेक्स फिर भाई किधर होंगे सिंगल स्पीड है सो ऑल द अदर सिंगल ब्रेक वन ब्रेक फिक्स्ड स्पीड है सी लाइक जितना गियर ओह गॉड गॉड गुड गुड बचपन तो लिया हुआ साइकिल नहीं गुड गुड जी चार मील रह गया है ते संगत जांदी हुई सतनाम वाहेगुरु का जाप करते हुए
1984 च शहीद होए जिहड़े मरे अपने अपने खो खो के मारे गए मार के शहीद किया गया सिखां दी याद विच पैदल मार्च निरभौ मोर्चा निरभौ ते न्या मोर्चा उन्हां शहीदां दी याद विच उन्हां जिहड़े बेचारे खो खो के मारे गए जिहड़े सिख उन्हां दी याद विच पैदल मार्च कढ़िया जा रहा 40 साल हो चुके हैं। आने वाली पीढ़ी नूं बच्चियां नूं जरूर दसना चाहिए ते कैलीफोर्निया की सिख संगत वालों उपराला किया गया भी पूरे वर्ल्ड दसिया जाए जिन्हें जिन्हें ना भी जेनोसाइड होया सारे अगे आना चाहिए। सतनाम वाहेगुरु सतनाम वाहेगुरु सतनाम वाहेगुरु वाहेगुरु सतनाम वाहेगुरु सतनाम वाहेगुरु सतनाम वाहेगुरु। एल्क ग्रूव सिटी ऑफ एल्क ग्रूव marching from Kitwariyan to see from Bakersfield all the way here. They're going to be walking to the state capitol. We are here in solidarity because, as you see, 40 years since the 1984 genocide. Right.
तो आओ हमारे पास, तो आओ हमारे पास, तो आओ हमारे पास, तो आओ जावे ता जावे, मेरा सिखी सिद्धा जावे, फिर जावे ता जावे, मेरा सिखी सिद्धा जावे, फिर जावे ता जावे, मेरा सखी 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 सिद्धा जावे, जो तो प्रेम के लनकाशा, 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 सिर तर तली करी मेरिया, सिर तर तली करी, तो मार्ग पैर तेरी जय, तो मार्ग पैर मार्ग पैर तरीज, मार्ग पैर जय, सिर दी जय कौन नकी जय, सिर दी जय कौन नकी जय, सिर दी जय कौन नकी जावे ता जावे, मेरा सिखी सिद्ध ना जावे, सिर जावे ता जावे, मेरा सखी सिद्ध जावे, ता जावे, मेरा सखी सिद्ध ना जावे, सिद्ध जावे ता जावे। के वीडियो बनाता हुआ दो दो कैमरे, एक ना फोटो खिंचता हुआ तो एक ना वीडियो बनाता हुआ, क्योंकि साढ़े नाल एल्क ग्रोव सिटी की मेयर सब तो मोहरे चलती हुई है। तो ये भाई साहब पत्रकार साहब सैक्रामेंटो भी है, लोकल न्यूज़ पेपर है, और पत्रकार दो दो कैमरे चक के प्रोग्राम जिहड़ा पैदल मार्च है कवर कर रहे हैं। लो भी आप मार्च तुरदा होया गुरद्वारा बरैड शाह पहुँच चुका, तो मिलते हैं आप गुरद्वारे के अंदर, बरैड शाह गुरद्वारा पहुँच चुका जी। She should be mayor. Sasriyakal. Oh, yeah.
ਆਪਾਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰ ਲਈ ਫਿਰ ਉੱਥੇ ਬਾਅਦ ਗੱਲਬਾਤ ਕਰ ਲੈਣੀ ਬੇਕਰਸਫੀਲਡ ਤੋਂ ਇੱਥੇ ਪਹੁੰਚੇ ਹੋਏ ਹਾਂ। ਮੈਂ ਐਲਗਰੋਵ ਦੀ ਮੇਅਰ ਹੈਗੀ ਹਾਂ, ਬਾਬੀ ਸਿੰਘ ਐਲਨ। ਮੈਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਆਪਣੇ ਸ਼ਹਿਰ ਦੇ ਵਿੱਚ ਅਤੇ ਗੁਰੂ ਘਰ ਦੇ ਵਿੱਚ। ਜੋ ਕੁਛ ਤੁਸੀਂ ਕਰ ਰਹੇ ਹਾਂ, ਜਿਹੜੀ ਸੇਵਾ ਤੁਸੀਂ ਕਰ ਰਹੇ ਹਾਂ, ਸਾਰਿਆਂ ਸਾਧ ਸੰਗਤ ਲਈ, ਹੋਰ ਜਿਹੜੇ ਨੈਕਸਟ ਜਨਰੇਸ਼ਨ ਦੇ ਬੱਚਿਆਂ ਲਈ, 40 ਸਾਲ ਹੋ ਗਏ ਆ ਸਿੱਖ ਜੈਨੋਸਾਈਡ 'ਤੇ, ਸਾਨੂੰ ਇਨਸਾਫ ਚਾਹੀਦਾ ਆ। ਜਦੋਂ ਵੀਰ ਜੀ ਨੇ ਹੁਣੀ ਗੱਲ ਕੀਤੀ ਸੀਗੀ ਕਿ ਸਾਨੂੰ ਇਨਸਾਫੀ ਮਿਲੇਗੀ ਗੁਰੂ ਦੀ ਮਿਹਰ ਦੇ ਨਾਲ, ਸਾਰਿਆਂ ਦੇ ਨਾਲ, ਲੇਕਿਨ ਫਿਰ ਵੀ ਜੋ ਕੁਛ ਤੁਸੀਂ ਕਰ ਰਹੇ ਹਾਂ, ਦਿਸ ਇਜ਼ ਸੋ ਇੰਪੋਰਟੈਂਟ ਹੁਣ, ਕਿਉਂਕਿ ਤੁਹਾਨੂੰ ਪਤਾ ਆ ਆਪਣੀ ਕਮਿਊਨਿਟੀ ਟਾਰਗੇਟ ਹੋ ਰਹੀ ਆ ਹਮੇਸ਼ਾ। ਪਿਛਲੇ 2-3 ਸਾਲਾਂ ਦੇ ਵਿੱਚ ਤੁਸੀਂ ਦੇਖ ਰਹੇ ਹੈਗੇ ਆਪਣੀ ਕਮਿਊਨਿਟੀ ਦੇ ਵਿੱਚ, ਲੇਕਿਨ ਅਸੀਂ ਸਾਰਿਆਂ ਨਾਲ ਇਕੱਠੇ ਮਿਲ ਕੇ ਅਸੀਂ ਸਟਰੋਂਗ ਰਹਿਣਾ ਹੈਗਾ ਆ, ਕਿਉਂਕਿ ਜੋ ਕੁਛ ਅਸੀਂ ਬੋਲ ਰਹੇ ਹੈਗੇ ਹਾਂ, ਜੋ ਸੱਚਾਈ ਹੈਗੀ ਆ, ਉਹ ਸੱਚਾਈ ਹੈਗੀ ਆ। ਔਰ ਹਮੇਸ਼ਾ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਰਹੋ ਤਾਂ ਆਪਣੀ ਆਵਾਜ਼ ਯੂਨੋ ਆਪਣੀ ਸੇਵਾ ਲਈ, ਲੇਕਿਨ ਜੋ ਕੁਛ ਜ਼ੁਲਮ ਹੋ ਰਿਹਾ ਆਪਣੀ ਸਿੱਖੀ ਕੌਮ ਦੇ ਨਾਲ, ਸਾਡੀ ਉਮੀਦ ਹੈਗੀ ਆ, ਸਾਡਾ ਫਰਜ਼ ਹੈਗਾ ਆ ਸੱਚ ਹਮੇਸ਼ਾ ਬੋਲਣਾ ਹੈਗਾ ਆ। ਜੋ ਵੀ ਕੁਛ ਹੋਵੇ, ਕੋਈ ਗਵਰਨਮੈਂਟ ਦਾ ਏਜੰਟ ਕੋਈ ਵੀ ਹੋਵੇ, ਇਹ ਸਾਡੀ ਧਰਮ ਦੇ ਵਿੱਚ ਵੀ ਲਿਖਿਆ ਹੋਇਆ ਹੈਗਾ ਆ, ਅਸੀਂ ਹਮੇਸ਼ਾ ਇਨਜਸਟਿਸ ਲਈ ਬੋਲਣਾ ਹੈਗਾ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਵੈਲਕਮ ਕਰ ਰਹੀ ਹਾਂ। ਜੋ ਕੁਛ ਤੁਸੀਂ ਕਰ ਰਹੇ ਹੈਗੇ ਆ, ਮੈਨੂੰ ਬਹੁਤ ਖੁਸ਼ੀ ਹੈਗੀ ਆ, ਦਿਲ ਵੀ ਟੁੱਟਦਾ ਆ, ਕਿਉਂਕਿ ਹਜੇ ਵੀ
ਮਾਵਾਂ ਹੈਗੀਆਂ ਆ ਜੋ ਇਨਸਾਫੀ ਲਈ ਅੱਜ ਤੱਕ ਇੰਡੀਆ ਦੇ ਵਿੱਚ ਜੋ ਮਾਮਸ ਹੈਗੀਆਂ ਆ ਉਹਨਾਂ ਦੇ ਬੇਟੇ ਉਹਨਾਂ ਦੇ ਸਾਹਮਣੇ ਮਾਰੇ ਗਏ ਸਾਰਿਆਂ ਲਈ ਬੇਟੀਆਂ ਲਈ ਮਾਂ ਬਾਪ ਲਈ ਜੋ ਵੀ ਕੁਛ ਹੋਇਆ 1984 ਦੇ ਵਿੱਚ ਅਸੀਂ ਅਗਰ ਇਕੱਠੇ ਰਹਿ ਕੇ ਸਟਰੋਂਗ ਰਹਾਂਗੇ ਤਾਂ ਇਹ ਕਦੀ ਨਹੀਂ ਦੁਬਾਰਾ ਹੋ ਸਕਦਾ ਕਿਉਂਕਿ ਹੁਣ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਦੇ ਨਾਲ ਸਾਰਾ ਕੁਛ ਸਾਰੇ ਲੋਕ ਦੇਖ ਰਹੇ ਹੈਗੇ ਆ ਹੁਣ ਵੀ ਫਾਰਮਰਸ ਦੇ ਪ੍ਰੋਟੈਸਟ ਸਾਰੇ ਲੋਕ ਦੇਖ ਰਹੇ ਹੈਗੇ ਆ ਉਹ ਟਾਈਮ ਨਹੀਂ ਸੇਮ ਲੇਕਿਨ ਸਾਡਾ ਫਰਜ਼ ਹੈਗਾ ਆ ਸੱਚ ਲਈ ਹਮੇਸ਼ਾ ਬੋਲਣਾ ਆ ਤਾਂ ਕਿ 1984 ਦਾ ਜੋ ਜ਼ੁਲਮ ਹੋਇਆ ਜੋ ਇਨਸਾਫੀ ਹੋਈ ਦੁਬਾਰਾ ਕਦੀ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਆਪਾਂ ਪਹੁੰਚੇ ਹਾਂ ਆਪਣੇ ਨਿਰਭਉ ਰੈਲੀ ਜਾ ਰਹੀ ਆ ਜਿਹੜੇ ਜੈਨੋਸਾਈਡ ਦਾ ਸ਼ਿਕਾਰ ਹੋਏ ਸੀ 1984 ਵਿੱਚ ਦਿੱਲੀ ਵਿੱਚ ਉਹਨਾਂ ਦੀ ਯਾਦ ਵਿੱਚ ਇੱਕ ਪੈਦਲ ਯਾਤਰਾ ਨਿਕਲੀ ਸੀ ਠੀਕ ਪਤਾ ਨਹੀਂ ਲੱਗਾ ਤੁਸੀਂ ਬੋਲੋਗੇ ਭਾਅ ਜੀ ਕੁਛ ਭਾਅ ਜੀ ਮੈਂ ਬਹੁਤ ਨਹੀਂ ਨਹੀਂ ਤੁਸੀਂ ਦੱਸਦੇ ਵੀ ਇਹ ਰੈਲੀ ਕਾਹਦੀ ਨਿਕਲਦੀ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕਾਫਲਾ ਚੱਲ ਰਿਹਾ ਜੀ ਬਿਲਟਨ ਸ਼ਹਿਰ ਵਿੱਚ ਹਾਂਜੀ ਜੋ ਕਿ ਸਾਡੇ ਮਾਲਕ ਦੇ ਸਟਾਫ ਤੋਂ ਬਾਹਰ ਰਿਹਾ ਜੀ ਅਤੇ ਸਾਡਾ ਅਗਲਾ ਪੜਾਅ ਜਿਹੜਾ ਬ੍ਰੈਡ ਸ਼ਾਹ ਗੁਰਦੁਆਰਾ ਸਾਹਿਬ ਸੈਟਲਮੈਂਟ ਅੱਜ 30 ਅਕਤੂਬਰ ਦੇ ਰਾਹ ਵਿੱਚ ਆਉਂਦਾ ਜੀ ਅੱਜ 30 ਅਕਤੂਬਰ ਹੈ ਜੀ ਹਾਂਜੀ ਅਤੇ ਸਾਡਾ ਅੱਜ ਦਾ ਜਿਹੜਾ ਸਟਾਫ ਹੋਊਗਾ ਬ੍ਰੈਡ ਸ਼ਾਹ ਗੁਰਦੁਆਰਾ ਸਾਹਿਬ ਹੋਊਗਾ ਅਤੇ ਉੱਥੇ ਪੰਜ ਵਜੇ ਇਹ ਮੋਰਚਾ ਜੀ ਤੁਰਿਆ ਫੀਲਡ ਤੋਂ ਇਸ ਮੋਰਚੇ ਨੂੰ ਨਾਮ ਮਿਲਿਆ ਜੀ ਨਿਰਭਉ ਅਤੇ ਨਿਆਂ ਮੋਰਚਾ 1983 ਇਸ ਸਾਲ 40 ਸਾਲ ਹੋ ਗਏ ਜੀ ਉਸ ਦੀ ਯਾਦ ਵਿੱਚ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅਤੇ ਆਪਣੇ ਹੱਕਾਂ ਲਈ ਕਹਿ ਲਓ ਅਸੀਂ ਇਹ ਜਿਹੜੀ ਸਰਕਾਰ ਦਾ ਬਦਿਆ ਇੱਥੇ ਸੈਕਰਮੈਂਟ ਉੱਤੇ ਇਹ ਮੋਰਚਾ ਲੈ ਕੇ ਜਾ ਰਿਹਾ ਇੱਕ ਨੂੰ ਸੈਕਰਮੈਂਟ ਉਹ ਸਟੇਟ ਕੈਪਿਟਲ ਉੱਥੇ ਅੱਜ ਚੜ੍ਹ ਕੇ ਸੰਗਤਾਂ ਨੂੰ ਬੇਨਤੀ ਹੈ ਇਹ ਵੀ ਆਪਣੇ ਕੰਮ ਲਈ ਆਪਣੇ ਲੋਕਾਂ ਲਈ ਬਹੁਤ ਜ਼ਰੂਰੀ ਦਿਨ ਹੈ ਸ਼ੁੱਕਰਵਾਰ ਦਾ ਦਿਨ ਬੰਦ ਆਇਆ ਜੀ ਉਸ ਦਿਨ ਅਤੇ ਸਾਨੂੰ ਬੇਨਤੀ ਆ ਕਿ ਹੋ ਸਕੇ ਤਾਂ ਇਹ ਐਕਸੀਡੈਂਟ ਜ਼ਰੂਰ ਜ਼ਰੂਰ ਹਾਜ਼ਰੀ ਲਵਾਉਣੀ ਆਪਣੀ ਕਿਉਂਕਿ ਇਹ ਕੰਫੀਡੈਂਸ ਜਿਹੜੇ ਕਰ ਗਿਆ ਇਹ ਵੀ ਭੈਣ ਜੀ ਕੁਛ ਕਹਿਣਾ ਚਾਹੋਗੇ ਜੀ ਚਲੋ ਠੀਕ ਤੁਸੀਂ ਕੁਛ ਕਹਿਣਾ ਚਾਹੋਗੇ ਜੀ ਨਹੀਂ ਫੋਟੋ ਨਹੀਂ ਆਉਂਦੀ ਤੁਹਾਡੀ ਅੱਛਾ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਜੀ ਉੱਚਾ ਨਹੀਂ ਮਹਾਂ ਧਿਆਨ ਆਪਾਂ ਚੱਲਦੇ ਪਏ ਹਾਂ ਜਿਹੜਾ ਤੁਰ ਕੇ ਜਾ ਰਿਹਾ ਪੂਰੇ 300 ਮਾਈਲ ਦਾ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਅੱਜ 30 ਅਕਤੂਬਰ ਦਾ ਦਿਨ ਹੈ ਅਤੇ ਅਸੀਂ ਇਹਨਾਂ ਦੇ ਨਾਲ ਆ ਕੇ ਮਿਲੇ ਹਾਂ ਆਪਣੇ ਚੈਨਲ